ਕਸੀ ਗੱਲ ਦੋਸਤੋ ਮੈਂ ਹਰਮਨ ਸਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਦੋ ਨੋਟੀਫਿਕੇਸ਼ਨ ਲੈ ਕੇ ਆਇਆ ਜੋ ਪੰਜਾਬ ਪੁਲਿਸ ਦੁਆਰਾ ਜਾਰੀ ਕੀਤੇ ਗਏ ਨੇ ਸੋ ਉਹਨਾਂ ਨੇ ਕੀ ਉਹਨਾਂ ਅਪਡੇਟਸ ਦੇ ਵਿੱਚ ਦੱਸਿਆ ਹੋਇਆ ਹੈ ਜੀ ਜੋ ਕਿ ਐਗਜ਼ਾਮ ਨੂੰ ਲੈ ਕੇ ਹੈ ਕਨਸਟੇਬਲ ਦੀ ਭਰਤੀ ਦੇ ਰਿਲੇਟਡ ਕੀ ਰਹੇਗਾ ਕਿਦਾਂ ਤੁਸੀਂ ਉਹਦੇ ਲਈ ਅਪਲਾਈ ਕਰਨਾ ਹੈ ਕੀ ਕੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਮੈਂ ਤੁਹਾਨੂੰ ਪੂਰਾ ਡਿਟੇਲ ਦੱਸਾਂਗਾ ਤੁਸੀਂ ਅਗਰ ਫਸਟ ਟਾਈਮ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਔਰ ਨਾਲ ਦੀ ਨਾਲ ਬੈਲ ਆਈ ਮੋਬਾਈਲ ਦੇ ਵਿੱਚ ਮਿਲਦੇ ਰਹਿਣਗੇ ਤੇ ਤੁਸੀਂ ਸਮਾਂ ਰਹਿੰਦੇ ਉਹਦੇ ਲਈ ਅਪਲਾਈ ਵੀ ਕਰ ਪਾਉਗੇ ਬਹੁਤ ਸਾਰੀਆਂ ਇਦਾਂ ਦੀਆਂ ਨੋਟੀਫਿਕੇਸ਼ਨ ਹੁੰਦੀ ਨੇ ਜਿਨ੍ਹਾਂ ਲਈ 올 ਇੰਡੀਆ ਦੇ ਕੈਂਡੀਡੇਟ ਐਲੀਜੀਬਲ ਹੁੰਦੇ ਨੇ ਉਹਦੇ ਲਈ ਸਾਰੀਆਂ ਜੌਬ ਅਪਡੇਟ ਲੈਣ ਦੇ ਲਈ ਤੁਸੀਂ ਸਾਡੀ ਵੈਬਸਾਈਟ ਜੋ ਕਿ www.clori.com ਹੈ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਸੋ ਸਿੰਪਲੀ ਤੁਸੀਂ ਜਾ ਕੇ Google 'ਚ ਟਾਈਪ ਕਰਨਾ ਹੈ ਜੀ clori.com ਤੇ ਤੁਸੀਂ ਉਹਨੂੰ ਚੈੱਕ ਕਰਕੇ ਉੱਥੋਂ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਹਰ ਇੱਕ ਜੋਬ ਰਿਲੇਟਿਡ ਅਪਡੇਟ ਲੈ ਕੇ ਆਂਦਾ ਹੀ ਰਵਾਂਗਾ ਤੁਸੀਂ ਜਿਹੜੇ ਜੀ ਸਾਡੀ ਵੈਬਸਾਈਟ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਿਸੇ ਗਵਰਨਮੈਂਟ ਜੋਬ ਦੀ ਅਗਰ ਤੁਸੀਂ ਤਿਆਰੀ ਵੀ ਕਰ ਰਹੇ ਹੋ ਉਹਦੇ ਲਈ ਵੀ ਬੈਸਟ ਸਟੱਡੀ ਮਟੀਰੀਅਲ ਜਿਹੜਾ ਹੈ ਜੀ ਤੁਹਾਨੂੰ ਮਿਲ ਜਾਏਗਾ ਸਾਡੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾਂ ਤੁਸੀਂ ਸਾਡੀ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੋ ਸੋ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਤੁਸੀਂ ਪੱਕੀ ਕਰ ਸਕਦੇ ਹੋ ਮੈਂ ਤੁਹਾਡੇ ਲਈ ਹਰ ਇੱਕ ਤਰ੍ਹਾਂ ਦੇ ਜੋਬ ਰਿਲੇਟਿਡ ਅਪਡੇਟ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਨੋਟੀਫਿਕੇਸ਼ਨ ਜਿਹੜੇ ਜਾਰੀ ਕੀਤੇ ਗਏ ਨੇ ਪੰਜਾਬ ਪੁਲਿਸ ਦੁਆਰਾ ਕੀਤੇ ਗਏ ਫੇਸਬੁਕ ਪੇਜ ਨੇ ਉਹਦੇ ਉੱਪਰ ਸੋ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਸਭ ਤੋਂ ਪਹਿਲਾਂ ਉੱਤੇ ਲੈ ਚੱਲਦੇ ਆ ਜੀ ਅਸੀਂ ਆ ਚੁੱਕੇ ਹਾਂ ਜੀ ਪੰਜਾਬ ਪੁਲਿਸ ਇੰਡੀਆ ਦੇ ਅਫੀਸ਼ੀਅਲ ਫੇਸਬੁਕ ਪੇਜ ਦੇ ਉੱਪਰ ਇੱਥੇ ਤੁਸੀਂ ਅਪਡੇਟ ਜਿਹੜਾ ਹੈ ਜੀ ਉਹ ਤੁਸੀਂ ਦੇਖ ਪਾ ਰਹੇ ਹੋ ਉਹਨਾਂ ਨੇ ਜਿਹੜੀ ਰਿਕਰੂਟਮੈਂਟ ਐਗਜ਼ਾਮੀਨੇਸ਼ਨ ਹੈ ਜੋ ਕਿ ਸੋਲજર ਮਤਲਬ ਤੁਹਾਡੇ ਜਿਹੜੀ ਤੁਸੀਂ ਕਹਿੰਦੇ ਕਨਸਟੇਬਲ ਦੀ ਭਰਤੀ ਦੇ ਰਿਲੇਟਡ ਹੈ ਜੋ ਕਿ ਤੁਹਾਡੇ 25 ਤੇ 26 ਸਤੰਬਰ ਨੂੰ ਹੋਣੇ ਨੇ ਸੋ ਇਹ ਜਿਹੜੀ ਭਰਤੀ ਦਾ ਨੋਟੀਫਿਕੇਸ਼ਨ ਦੇ ਰਿਲੇਟਡ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਨਾਂ ਦਾ ਐਗਜ਼ਾਮ ਜਿਹੜਾ ਹੋਏਗਾ ਰਿਟਰਨ ਐਗ ਅਤੇ 26 ਸਤੰਬਰ ਨੂੰ ਜਿਹੜਾ ਜੀ ਉਹ ਹੋਣਾ ਸੋ ਤੁਸੀਂ ਇਹਨੂੰ ਜਿਹੜੇ ਡੂ ਐਂਡ ਡੋਂਟਸ ਨੇ ਉਹਨਾਂ ਨੇ ਸ਼ੇਅਰ ਕੀਤੇ ਨੇ ਇਹ ਪਹਿਲਾ ਇਹ ਕਿ ਐਗਜ਼ਾਮ ਡੇਟ ਰਿਲੀਜ਼ ਹੋ ਚੁੱਕੀ ਹੈ ਦੂਜਾ ਜਿਹੜੇ ਡੂ ਐਂਡ ਡੋਂਟਸ ਡੂ ਐਂਡ ਡੋਂਟਸ ਮਤਲਬ ਕਿ ਜਿਹੜੇ ਚੀਜ਼ਾਂ ਤੁਸੀਂ ਕਰਨੀਆਂ ਨੇ ਤੇ ਜਿਹੜੀਆਂ ਚੀਜ਼ਾਂ ਤੁਸੀਂ ਆਪਣੇ ਐਗਜ਼ਾਮੀਨੇਸ਼ਨ ਜਾਣ ਤੋਂ ਪਹਿਲਾਂ ਜਾਂ ਐਗਜ਼ਾਮੀਨੇਸ਼ਨ ਦੇ ਟਾਈਮ ਤੇ ਤੁਸੀਂ ਜਿਹੜੀਆਂ ਰਿਮੈਂਬਰ ਰੱਖਣੀਆਂ ਨੇ ਜੋ ਕਿ ਕਨਸਟੇਬਲ ਦੀ ਪ੍ਰੀਪਰੇ ਤੋ ਰਿਲੇਟਡ ਹੈ ਸੋ ਤੁਸੀਂ ਉਹ ਕੇਅਰਫੁਲੀ ਇੱਕ ਵਾਰੀ ਪੜ੍ਹ ਲੈਣੀਆਂ ਨੇ ਤੇ ਆਪਣੇ ਦੋਸਤਾਂ ਦੇ ਨਾਲ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰ ਦੇਣੀਆਂ ਨੇ ਤੋਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਡੂ ਐ ਕਰਦੇ ਆ ਜਿਹੜੇ ਡੂਜ਼ ਤੁਸੀਂ ਕਰਨੇ ਨੇ ਮਤਲਬ ਜਿਹੜੀ ਚੀਜ਼ਾਂ ਤੁਸੀਂ ਧਿਆਨ ਵਿੱਚ ਰੱਖਣੀਆਂ ਨੇ ਮਸਟ ਕਰਨੀਆਂ ਨੇ ਕੈਂਡੀਡੇਟ ਮਸਟ ਰਿਪੋਰਟ ਐਟ ਦ ਰਿਪੋਰਟਿੰਗ ਟਾਈਮ ਮੈਂਸ਼ਨਡ ਇਨ ਦ ਐਡਮਿਟ ਕਾਰਡ ਮਤਲਬ ਜਿਹੜਾ ਐਡਮਿਟ ਕਾਰਡ ਹੋਏਗਾ ਉਹਦੇ ਉੱਪਰ ਜਿਹੜਾ ਟਾਈਮ ਹੋਏਗਾ ਉਸ ਟਾਈਮ ਤੋਂ ਤੁਸੀਂ ਮੈਂ ਤੁਹਾਨੂੰ ਇਹ ਸਜੈਸਟ ਕਰਾਂਗਾ ਕਿ ਤੁਸੀਂ ਉੱਥੇ ਅੱਧਾ ਪੌਣਾ ਘੰਟਾ ਪਹਿਲਾਂ ਹੀ ਪਹੁੰਚ ਜਾਓ ਅਗਰ ਤੁਸੀਂ ਕਿਤੇ ਦੂਜੀ ਸਿਟੀ ਟਰੈਵਲ ਕਰਨਾ ਪੈ ਰਿਹਾ ਹੈ ਤੁਹਾਨੂੰ ਜਿੱਦਾਂ ਤੁਸੀਂ ਅੰਮ੍ਰਿਤਸਰ ਤੋਂ ਲੁਧਿਆਣਾ ਜਾਂ ਚੰਡੀਗੜ੍ਹ ਆਣਾ ਪੈ ਰਿਹਾ ਹੈ ਤਾਂ ਸਿੰਪਲੀ ਤੁਸੀਂ ਆਪਣਾ ਇੱਕ ਦਿਨ ਪਹਿਲਾਂ ਹੀ ਰੱਖੋ ਰੀਜ਼ਨ ਬੀਇੰਗ ਕਿ ਐਟ ਤਾਂ ਤੁਸੀਂ ਆਪਣਾ ਟੈਸਟ ਦਾ ਰਿਸਕ ਨਾ ਲੈਂਦੇ ਹੋ ਇੱਕ ਦਿਨ ਪਹਿਲੋ ਪਹੁੰਚੋ ਔਰ ਪਲੱਸ ਤੁਸੀਂ ਐਸਆਈ ਦੇ ਐਗਜ਼ਾਮ ਦੇ ਵਿੱਚ ਵੀ ਅਗਰ ਦੇਖਿਆ ਹੋਵੇਗਾ ਕਿ ਕੁਝ ਕੈਂਡੀਡੇਟ ਜਿਹੜੇ ਅੱਧਾ ਘੰਟਾ ਪਹਿਲੋ ਵੀ ਪਹੁੰਚੇ ਸੀਗੇ ਉਹਨਾਂ ਨੂੰ ਗੇਟ ਤੋਂ ਐਂਟਰ ਨਹੀਂ ਕਰਨ ਦਿੱਤਾ ਸੀਗਾ ਕਿਉਂਕਿ ਕੈਂਡੀਡੇਟ ਜਿਹੜੇ ਨੇ ਅਲਾਉ ਨਹੀਂ ਕੀਤੇ ਜਾਣਗੇ ਐਗਜ਼ਾਮੀਨੇਸ਼ਨ ਸੈਂਟਰ ਦਾ ਗੇਟ ক্লোਜ਼ ਹੋਣ ਤੋਂ ਬਾਅਦ ਸੋ ਤੁਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਸੋ ਕਾਫੀ ਸਾਰੇ ਐਸਆਈ ਕੈਂਡੀਡੇਟਸ ਹੈਗੇ ਜਿਹੜੇ ਐਸਆਈ ਦੇ ਐਗਜ਼ਾਮ ਦੇ ਲਈ ਨਹੀਂ ਉਹ ਐਡ ਕਰ ਸਕੇ ਸੀ ਕਿ ਜਾ ਸਕੇ ਸੀ ਅੰਦਰ ਸੋ ਕੈਂਡੀਡੇਟ ਨੂੰ ਆਪਣਾ ਐਡਮਿਟ ਕਾਰਡ ਜਿਹੜਾ ਜੀ ਉਹ ਜ਼ਰੂਰ ਲੈ ਕੇ ਆਉਣਾ ਪਏਗਾ ਨਹੀਂ ਹੋਏਗਾ ਤਾਂ ਬੈਠਣ ਨਹੀਂ ਦਿੱਤਾ ਜਾਏਗਾ ਕੈਂਡੀਡੇਟ ਨੂੰ ਇੱਕ ਪਾਸਪੋਰਟ ਸਾਈਜ਼ ਕਲਰਡ ਫੋਟੋਗ੍ਰਾਫ ਆਪਣੀ ਜਿਹੜੀ ਹੈ ਜੀ ਪਲੇਨ ਬੈਕਗ੍ਰਾਉਂਡ ਦੇ ਨਾਲ ਲੈ ਕੇ ਆਣੀ ਪਏਗੀ ਕੈਂਡੀਡੇਟ ਜਿਹੜਾ origignal ID proof ਹੈ ਕੋਈ ਵੀ ਤੁਹਾਡਾ origignal ID proof ਤੁਸੀਂ ਜਿਹੜਾ ਜੀ ਉੱਥੇ ਲੈ ਕੇ ਆਉਂਗੇ ਨਾਲ ਤਾਂ ਹੀ ਤੁਹਾਨੂੰ ਐਗਜ਼ਾਮੀਨੇਸ਼ਨ ਜਿਹੜਾ ਅਪੀਅਰ ਹੋਣ ਦੀ ਪਰਮਿਸ਼ਨ ਮਿਲੇਗੀ ਕੈਂਡੀਡੇਟ ਐਜ਼ ਅ ओरिजिनल ਆਈਡੀ ਪ੍ਰੂਫ ਆਪਣਾ ਪੈਨ ਕਾਰਡ ਲੈ ਕੇ ਆ ਸਕਦੇ ਨੇ ਪਾਸਪੋਰਟ ਡਰਾਈਵਿੰਗ ਲਾਇਸੈਂਸ ਹੋਲ ਰਿਕਾਰਡ ਤੇ ਆਧਾਰ ਕਾਰਡ ਤੇ ਈ ਆਧਾਰ ਕਾਰਡ ਜਿਹੜਾ ਜੀ ਉਹ ਵੈਲਿਡ ਨਹੀਂ ਹੈ ਫਿਰ ਤੋਂ ਕਹਿ ਰਹੇ ਹਾਂ ਦੀ ਈ ਆਧਾਰ ਕਾਰਡ ਵੈਲਿਡ ਨਹੀਂ ਹੋਏਗਾ ਉਹ ਨਹੀਂ ਲੈ ਕੇ ਜਾਣਾ ਤੁਸੀਂ ਦੋਸਤੋ ਬਾਅਦ ਕੈਂਡੀਡੇਟ ਜਿਹੜੇ ਮਸਟ ਹੈ ਕਿ ਉਹਨਾਂ ਨੂੰ ਕੋਵਿਡ 19 ਦੀ 셀ਫ ਡੈਕਲੇਰੇਸ਼ਨ ਉਹ ਦੇਣਗੇ ਕਿ ਉਹ ਕੋਵਿਡ ਫ੍ਰੀ ਨੇ ਔਰ ਫਾਰਮੈਟ ਜਿਹੜਾ ਡੈਕਲੇਰੇਸ਼ਨ ਦਾ ਪ੍ਰੋਵਾਈਡ ਕੀਤਾ ਹੋਇਆ ਐਡਮਿਟ ਕਾਰਡ ਦੇ ਨਾਲ ਹੀ ਸੋ ਤੁਸੀਂ ਉਹ ਡੈਕਲੇਰੇਸ਼ਨ ਮਤਲਬ ਤੁਸੀਂ ਆਪਣੇ ਟੈਸਟ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਕਰਵਾ ਲਓ ਤਾਂ ਕਿ ਤੁਹਾਨੂੰ ਜਿਹੜੇ ਡੂਜ਼ ਨੇ ਹੁਣ ਜਿਹੜੇ ਡੋਂਟਸ ਤੁਸੀਂ ਕਰਨੇ ਮਤਲਬ ਜਿਹੜੇ ਤੁਸੀਂ ਚੀਜ਼ਾਂ ਨਹੀਂ ਕਰਨੀਆਂ ਆ ਆਈਟਮ ਜਿਹੜੀਆਂ ਅਲਾਉ ਨਹੀਂ ਨੇ ਐਗਜ਼ਾਮੀਨੇਸ਼ਨ ਹਾਲ ਸੈਂਟਰ ਦੇ ਅੰਦਰ ਕੋਈ ਪੈਨ ਕੋਈ ਪੈਨਸਲ ਬਾਕਸ ਕੋਈ ਸਟੇਸ਼ਨਰੀ ਪੈਨ ਜਿਹੜੇ ਨੇ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਣਗੇ ਸੋ ਤੁਹਾਨੂੰ ਪੈਨ ਲੈ ਕੇ ਜਾਣ ਦੀ ਜ਼ਰੂਰਤ ਜਿਹੜੀ ਹੈ ਜੀ ਉਹ ਨਹੀਂ ਹੈ ਕਿਸੇ ਤਰ੍ਹਾਂ ਦਾ ਪਰਸ ਤੁਸੀਂ ਲੈ ਕੇ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਦਾ ਕੈਸ਼ ਕੈਰੀ ਨਹੀਂ ਕਰ ਸਕਦੇ ਕੋਈ 벨ਟ ਪਾ ਕੇ ਨਹੀਂ ਜਾ ਸਕਦੇ ਕੋਈ ਇਲੈਕਟ੍ਰੋਨਿਕ ਆਈਟਮ ਕਿਸੇ ਵੀ ਤਰ੍ਹਾਂ ਦੀ ਹੋਵੇ ਚਾਹੇ ਮੋਬਾਈਲ ਹੋਵੇ ਕੀ ਰਿੰਗ ਹੋਵੇ ਕਾਰ ਕੀ ਹੋਵੇ 이어ਫੋਨ ਹੋਣ ਹੈੱਡਫੋਨ ਹੋਣ 이어버ड्स ਹੋਣ ਕੁਝ ਵੀ ਨਹੀਂ ਲੈ ਕੇ ਜਾ ਸਕਦੇ ਕੋਈ ਵਾਚ ਨਹੀਂ ਪਾ ਸਕਦੇ ਤੁਸੀਂ ਠੀਕ ਹੈ ਜੀ ਕਿਸੇ ਤਰ੍ਹਾਂ ਦੇ ਸਨ ਗਲਾਸਿਸ ਯੂਜ਼ ਨਹੀਂ ਕਰ ਸਕਦੇ ਕੋਈ ਬੈਗੇਜ ਯੂਜ਼ ਨਹੀਂ ਕਰ ਸਕਦੇ ਹਾਂ ਸਨ ਗਲਾਸਿਸ ਨੂੰ ਲੈ ਕੇ ਜਿਹੜੇ ਤੁਹਾਨੂੰ ਸਪੈਕਸ ਲੱਗੀਆਂ ਹੋਣੀਆਂ ਉਹ ਸਪੈਕਟिकल्स ਤੁਸੀਂ ਪਾ ਸਕਦੇ ਹੋ ਸਨ ਗਲਾਸਿਸ ਨਹੀਂ ਪਾ ਸਕਦੇ ਨਾਰਮਲ ਰੀਡੀ ਨੇ ਹੁੰਦੇ ਨੇ ਫੈਂਸੀ ਤੋਂ ਕਿਸੇ ਤਰ੍ਹਾਂ ਦੀ ਫੂਡ ਆਈਟਮ ਜਿਹੜੀ ਤੁਸੀਂ ਦੀ ਓਨਲੀ ট্রান্সਪੇਰੈਂਟ ওয়াটার ਬੋਟਲ ਜਿਹੜੀ ট্রান্সਪੇਰੈਂਟ ਹੋਏਗੀ ਸਿਰਫ ਉਹੀ ਤੁਸੀਂ ਅੰਦਰ ਲੈ ਕੇ ਜਾ ਸਕਦੇ ਹੋ ਕਿਸੇ ਤਰ੍ਹਾਂ ਦੀ ਜੁਵਲਰੀ ਕਿਸੇ ਤਰ੍ਹਾਂ ਦਾ ਔਰਨਾਮੈਂਟ ਤੁਸੀਂ ਕੋਈ ਨਹੀਂ ਪਾ ਸਕਦੇ ਮਤਲਬ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਨੈਕਲੇਸ ਹੈ ਜਾਂ ਤੁਸੀਂ ਕਿ ਬ੍ਰੇਸਲੇਟ ਪਾਇਆ ਹੋਇਆ ਤੁਸੀਂ ਉਹ ਵੀ ਨਹੀਂ ਵੇਅਰ ਕਰ ਸਕਦੇ ਕੋਈ ਇਦਾਂ ਦੀ ਫੁੱਟਵੇਅਰ ਜਾਂ ਸ਼ੂਜ਼ ਜਿਹੜੇ ਥਿੱਕ ਸੋਲ ਵਾਲੇ ਹੋਣ ਜਿਹਨਾਂ ਦਾ ਸੋਲ ਕਾਫੀ ਮੋਟਾ ਹੋਵੇ ਜਾਂ ਫਿਰ ਐਦਾਂ ਲੱਗ ਰਿਹਾ ਹੋਵੇ ਕਿ ਉਹਨੂੰ ਮੋਡੀਫਾਈਡ ਕੀਤਾ ਗਿਆ ਹੈ ਤਾਂ ਤੁਸੀਂ ਉਹਦਾਂ ਦੀ ਵੀ ਕੋਈ ਚੀਜ਼ ਜਿਹੜੀ ਹੈ ਜੀ ਅੰਦਰ ਪਾ ਕੇ ਨਹੀਂ ਜਾ ਸਕਦੇ ਜਾਂ ਤੁਹਾਨੂੰ ਅਲਾਉ ਨਹੀਂ ਕੀਤਾ ਜਾਏਗਾ ਸੋ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਜੋ ਕਿ ਪੰਜਾਬ ਪੁਲਿਸ ਨੇ ਆਪਣੇ ਫੇਸਬੁੱਕ ਪੇਜ ਤੇ ਜਾਰੀ ਕੀਤਾ ਹੈ ਜੀ ਕਿਉਂਕਿ ਇਸ ਦੇ ਵਿੱਚ ਕਾਫੀ ਰਿਕਰੂਟਮੈਂਟ ਦੇ ਵਿੱਚ ਨਾ ਪ੍ਰੋਬਲਮਸ ਆ ਰਹੀਆਂ ਸੀਗੀਆਂ ਕਿਉਂਕਿ ਨਾ ਐਸਆਈ ਦੇ ਇਗਜ਼ਾਮ ਦੇ ਵਿੱਚ ਕਾਫੀ ਸਾਰੇ ਕੈਂਡੀਡੇਟ ਨੂੰ ਪ੍ਰੋਬਲਮ ਆਈਆਂ ਨੇ ਜਿਨ੍ਹਾਂ ਨੂੰ ਮੱਧੇਦਨ ਰੱਖਦੇ ਹੋਏ ਉਹਨ ਮਿਸ ਫਲਾ ਦੇਣੀ ਹੈ ਜੀ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਫਰੈਂਡ ਸਰਕਲ ਦੇ ਵਿੱਚ ਜਾਂ ਇੱਕ ਕਟਿੰਗ ਨੂੰ ਸ਼ੇਅਰ ਕਰ ਦੇਣਾ ਤਾਂ ਵੀ ਜਿਹੜਾ ਹੈ ਜੀ ਕੰਮ ਹੋ ਜਾਏਗਾ ਸੋ ਤੁਹਾਡੇ ਲਈ ਮੈਂ ਹਰ ਤਰ੍ਹਾਂ ਦੇ ਜੌਬ ਅਪਡੇਟਸ ਲੈ ਕੇ ਆਂਦਾ ਹੀ ਰਹਿਣਾ ਹੈ ਜੀ ਤੁਸੀਂ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ ਮੈਂ ਤੁਹਾਡੇ ਲਈ ਕਿਸੇ ਤਰ੍ਹਾਂ ਦਾ ਕੋਈ ਵੀ ਜੌਬ ਅਪਡੇਟ ਆਏਗਾ ਚਾਹੀ ਉਹ ਕਨਸਟੇਬਲ ਦੀ ਭਰਤੀ ਨੂੰ ਲੈ ਕੇ ਹੋਵੇ ਜਾਂ ਹੋਰ ਸਰਕਾਰੀ ਜੌਬ ਦੇ ਰਿਲੇਟਡ ਕੋਈ ਅਪਡੇਟ ਹੋਵੇ ਮੈਂ ਤੁਹਾਡੇ ਲਈ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ